ਨਮਸਕਾਰ ਖਬਰਾਂ ਦੇ ਇਸ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾ ਪੇਸ਼ ਨੇ ਚੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਐਤਵਾਰ ਆਕਾਸ਼ਵਾਣੀ ਦੇ ਬਹੁਤ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਤਹਿਤ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੱਕਰਵਾਤ ਯਾਸ ਦੇ ਮੱਦੇਨਜ਼ਰ ਵੀਡੀਓ ਕਾਨਫਰੰਸ ਰਾਹੀਂ ਇਸ ਨਾਲ ਜਟੰਧੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਕੇਂਦਰ ਨੇ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕਾਕਰਨ ਕੇਂਦਰ ਤੇ ਹੀ ਰਜਿਸਟ੍ਰੇਸ਼ਨ ਤੇ ਸਮੂਹ ਰਜਿਸਟ੍ਰੇਸ਼ਨ ਦੀ ਸਹੂਲਤ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਕੋਵੈਕਸਿਨ ਕਰੋਨਾ ਟੀਕਾ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਆਪਣੀ ਵੈਕਸੀਨ ਦੇ ਬੂਸਟਰ ਡੋਜ਼ਾਂ ਦਾ ਪ੍ਰੀਖਣ ਸ਼ੁਰੂ ਕੀਤਾ ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 222315 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਬੀਤੇ ਦਿਨ ਕਰੋਨਾ ਵਾਇਰਸ ਕਾਰਨ 4454 ਮਰੀਜ਼ਾਂ ਦੀ ਮੌਤ ਹੋਈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨਿਯੋਜਨਾ ਤਹਿਤ ਪੰਜਾਬ ਵਿੱਚ ਗਰੀਬ ਲੋਕਾਂ ਨੂੰ ਅਨਾਜ ਵੰਡਣ ਦਾ ਸਿਲਸਿਲਾ ਜਾਰੀ। ਲੁਧਿਆਣਾ ਜ਼ਿਲ੍ਹੇ ਦੇ ਲਾਪਾਤਰੀਆਂ ਨੇ ਮੁਫਤ ਅਨਾਜ ਦਿੱਤੇ ਜਾਣ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਅਦਾਇਗੀ ਦੀ ਰਕਮ ਸਿੱਧੀਆਂ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਦੀ ਖੁਸ਼ੀ ਪ੍ਰਗਟ ਕੀਤੀ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਖਦੇਵ ਸਿੰਘ ਸਿੱਧੂ ਅਨੁਸਾਰ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਦੇ ਟੀਚੇ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਜਾਰੀ। ਵਿਭਾਗ ਵੱਲੋਂ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਲਈ 17000 ਮੀਟ੍ਰਿਕ ਟਨਾਂ ਟਾਂਟੇਲਾ ਬੀਜ 20 ਰੁਪਏ ਪ੍ਰਤੀ ਕਿਲੋ ਸਬਸਿਡੀ ਤੇ ਉਪਲਬਧ ਕਰਵਾਇਆ ਗਿਆ। ਜੋ ਨੇ ਦੀ ਸਿੱਧੀ ਬਿਜਾਈ 1 ਜੂਨ ਤੇ ਪਨੀਰੀ ਰਾਹੀਂ ਲਵਾਈ 10 ਜੂਨ ਤੋਂ ਬਾਅਦ ਕਰਨ ਦੇ ਨਿਰਦੇਸ਼ ਤੇ ਆਵਾਦ ਰਿਵੀਜ਼ਨ ਨੇ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰ ਕੋਟਲਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਨਾਲ-ਨਾਲ हरियाणा ਦੇ ਅੰਬਾਲਾ ਤੇ ਯਮੁਨਾ ਨਗਰ ਜ਼ਿਲ੍ਹਿਆਂ ਦੇ ਸਾਬਕਾ ਸੈਨਿਕਾਂ ਲਈ 24 ਘੰਟੇ ਚੱਲਣ ਵਾਲੀ ਮਿਲਟਰੀ ਹੈਲਪਲਾਈਨ ਸਥਾਪਿਤ ਕੀਤੀ। ਸਾਬਕਾ ਸੈਨਿਕ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਣਕਾਰੀ ਜਾਂ ਮਦਦ ਲਈ ਹੈਲਪਲਾਈਨ ਨੰਬਰ 7353682553 ਤੇ ਕਾਲ ਕਰ ਸਕਦੇ ਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਐਤਵਾਰ ਆਕਾਸ਼ਵੰਦੀ ਦੇ ਬਹੁ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਤਹਿਤ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਹੀਨਾਵਾਰ ਰੇਡੀਓ ਪ੍ਰੋਗਰਾਮ ਦੀ 77ਵੀਂ ਕੜੀ ਹੋਵੇਗੀ ਮਨ ਕੀ ਬਾਤ ਪ੍ਰੋਗਰਾਮ ਨੂੰ ਦੂਰਦਰਸ਼ਨ ਦੇ ਸਾਰੇ ਚੈਨਲ ਪ੍ਰਸਾਰਿਤ ਕਰਨਗੇ ਇਹ ਪ੍ਰੋਗਰਾਮ ਮਹੀਨੇ ਦੇ ਆਖਰੀ ਦਿਨ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ ਤੇ ਇਸ ਤੋਂ ਤੁਰੰਤ ਬਾਅਦ ਇਸ ਪ੍ਰੋਗਰਾਮ ਦਾ ਖੇਤਰੀ ਭਾਸ਼ਾ ਵਿੱਚ ਰੂਪਾਂਤਰ ਵੀ ਦੇਖਿਆ ਤੇ ਸੁਣਿਆ ਜਾ ਸਕਦਾ ਹੈ ਡੀਡੀ ਪੰਜਾਬੀ ਤੇ ਰਾਤ 8 ਵਜੇ ਇਸ ਦਾ ਮੁੜ ਪ੍ਰਸਾਰਣ ਹੋਵੇਗਾ 3 ਮਈ ਨੂੰ ਪ੍ਰਸਾਰਿਤ ਹੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਲਈ ਲੋਕ ਆਪਣੇ ਵਿਚਾਰ ਜਾਂ ਸੁਝਾ ਨਮੋ ਐਪ ਜਾਂ ਮਾਈ ਗੋਵਨ ਓਪਨ ਫਾਰਮ ਤੇ ਸਾਂਝੇ ਕਰ ਸਕਦੇ ਨੇ ਆਪਣੇ ਸੁਝਾਅ ਟੋਲ ਫਰੀ ਨੰਬਰ 180000117800 ਤੇ ਡਾਇਲ ਕਰਕੇ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰਵਾਈ ਜਾ ਸਕਦੇ ਨੇ ਨਾਗਰਿਕ 1922 ਤੇ ਮਿਸਡ ਕਾਲ ਦੇ ਕੇ ਵੀ ਲਿੰਕ ਪ੍ਰਾਪਤ ਕਰਕੇ ਐਸਐਮਐਸ ਦੇ ذریعے ਪ੍ਰਧਾਨ ਮੰਤਰੀ ਨੂੰ ਸਿੱਧੇ ਸੁਝਾਅ ਦੇ ਸਕਦੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੱਕਰਵਾਤ ਯਾਦ ਦੇ ਮੱਦੇਨਜ਼ਰ ਵੀਡੀਓ ਕਾਨਫਰੰਸ ਰਾਹੀਂ ਇਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਉੜੀਸ਼ਾ ਆਂਧਰਾਪ੍ਰਦੇਸ਼ ਤੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਤੇ ਅੰਡੇਮਾਨ ਨਿਕੋਬਰ ਦੀਪ ਸਮੂਹ ਦੇ ਉਪ ਰਾਜਪਾਲ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ। ਗ੍ਰਹਿ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਬਿਆਂ ਨਾਲ ਹਰ ਸੰਭਵ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਉੱਚ ਜੋਖਮ ਵਾਲੇ ਇਲਾਕਿਆਂ 'ਚੋਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਅਮਿਤ ਛਾਹ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਉਹਨਾਂ ਲੋਕਾਂ ਨੂੰ ਵੀ ਸਮੇਂ ਸਿਰ ਕੱਢਣ ਦੇ ਨਿਰਦੇਸ਼ ਦਿੱਤੇ ਨੇ ਜੋ ਸਮੁੰਦਰੀ ਤੱਟ ਤੇ ਹੋਣ ਵਾਲੇ ਕੰਮਾਂ ਤੋਂ ਇਲਾਵਾ ਹੋਰਨਾਂ ਕੰਮਾਂ ਵਿੱਚ ਸ਼ਾਮਿਲ ਨੇ। ਗ੍ਰਾਮ ਮੰਤਰੀ ਨੇ ਕਟੌਤੀ ਸਮੇਂ ਪ੍ਰਭਾਵਿਤ ਹੋਈ ਬਿਜਲੀ ਸਪਲਾਈ ਤੇ ਸੰਚਾਰ ਪ੍ਰਬੰਧ ਨੂੰ ਛੇਤੀ ਤੋਂ ਛੇਤੀ ਬਹਾਲ ਕਰਨ ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤ ਯਾਸ ਦੇ ਹੌਲੀ-ਹੌਲੀ ਉੱਤਰ ਉੱਤਰ-ਪੱਛਮ ਵੱਲੇ ਪਾਸੇ ਵਧਣ ਤੇ ਅਗਲੇ 24 ਘੰਟਿਆਂ ਵਿੱਚ ਤੇਜ਼ ਹੋ ਕੇ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ ਇਸ ਮਗਰੋਂ ਅਗਲੇ 24 ਘੰਟਿਆਂ ਵਿੱਚ ਚੱਕਰਵਾਤ ਯਾਸ ਦੇ ਖਤਰਨਾਕ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਚੱਕਰਵਾਤ ਯਾਸ ਉੱਤਰ ਉੱਤਰ-ਪੱਛਮ ਵਿੱਚ ਲਗਾਤਾਰ ਵਧਦਾ ਰਹੇਗਾ ਤੇ ਤੇਜ਼ ਹੋ ਕੇ ਬੁੱਧਵਾਰ ਸਵੇਰ ਤੱਕ ਉਤਰੀ ਉੜੀਸ਼ਾ ਨੇੜੇ ਉੱਤਰ-ਪੱਛਮ ਬੰਗਾਲ ਦੀ ਖਾੜੀ ਤੇ ਪੱਛਮ ਬੰਗਾਲ ਦੇ ਤੱਟੀ ਇਲਾਕਿਆਂ ਤੱਕ ਪਹੁੰਚ ਜਾਵੇਗਾ ਕੇਂਦਰ ਨੇ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕਾਕਰਨ ਕੇਂਦਰ ਤੇ ਹੀ ਰਜਿਸਟ੍ਰੇਸ਼ਨ ਤੇ ਸਮੂਹ ਰਜਿਸਟ੍ਰੇਸ਼ਨ ਦੀ ਸਹੂਲਤ ਉਪਲਬਧ ਕਰਾਉਣ ਦਾ ਫੈਸਲਾ ਕੀਤਾ ਹੈ ਇਹ ਸਹੂਲਤ ਸਰਕਾਰੀ ਕੋਵਿਡ ਟੀਕਾਕਰਨ ਕੇਂਦਰਾਂ ਤੇ ਹੀ ਉਪਲਬਧ ਹੋਵੇਗੀ ਪ੍ਰਾਈਵੇਟ ਹਸਪਤਾਲਾਂ ਦੇ ਟੀਕਾਕਰਨ ਕੇਂਦਰਾਂ ਤੇ ਇਹ ਸਹੂਲਤ ਉਪਲਬਧ ਨਹੀਂ ਹੋਵੇਗੀ ਇਸ ਵਾਸਤੇ ਪ੍ਰਾਈਵੇਟ ਹਸਪਤਾਲਾਂ ਨੂੰ ਆਨਲਾਈਨ ਟੀਕਾਕਰਨ स्लॉट ਲਈ ਆਪਣਾ ਟੀਕਾਕਰਨ ਪ੍ਰੋਗਰਾਮ ਪ੍ਰਕਾਸ਼ਿਤ ਕਰਨਾ ਹੋਵੇਗਾ ਹਾਲਾਂਕਿ ਇੱਕ ਦਿਨ ਦਾ ਪंजीकरण ਸੈਸ਼ਨ ਖਤਮ ਹੋਣ ਤੋਂ ਬਾਅਦ ਬਚੇ ਹੋਏ ਟੀਕਿਆਂ ਦੀ ਖੁਰਾਕ ਦਾ ਇਸਤੇਮਾਲ ਕਰਨ ਲਈ ਟੀਕਾਕਰਨ ਕੇਂਦਰਾਂ ਤੇ ਹੀ ਰਜਿਸਟ੍ਰੇਸ਼ਨ ਦੀ ਸਹੂਲਤ ਹੋਵੇਗੀ ਅਜਿਹਾ ਕਰਕੇ ਟੀਕਿਆਂ ਦੀ ਬਰਬਾਦੀ ਨੂੰ ਰੋਕਿਆ ਜਾ ਸਕੇਗਾ ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਪਾਵੇਂ ਕੋਵਿਨ ਐਪ ਤੇ ਇੱਕ ਹੀ ਮੋਬਾਈਲ ਨੰਬਰ ਤੇ ਚਾਰ ਲੋਕਾਂ ਦੀ ਰਜਿਸਟ੍ਰੇਸ਼ਨ ਉਪਲਬਧ ਹੈ ਹੁਣ ਇਸ ਐਪ ਰਾਹੀਂ ਅਜਿਹੇ ਲੋ ਜਿੰਨਾ ਕੋਲ ਇੰਟਰਨੈਟ ਤੇ ਮੋਬਾਈਲ ਫੋਨ ਤੱਕ ਪਹੁੰਚ ਸੀਮੇ ਤੇ ਉਹਨਾਂ ਨੂੰ ਇੱਕ ਸਮੂਹ ਲਈ ਪंजीकरण ਤੇ ਸਲਾਟ ਪ੍ਰਾਪਤ ਕਰਨ ਦੀ ਸਹੂਲਤ ਹੋਵੇਗੀ ਮੰਤਰਾਲਾ ਨੇ ਕਿਹਾ ਹੈ ਕਿ ਟੀਕਾਕਰਨ ਕੇਂਦਰ ਤੇ ਹੀ ਰਜਿਸਟ੍ਰੇਸ਼ਨ ਦੀ ਸਹੂਲਤ ਦੇਣ ਦਾ ਫੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ ਕੋਵੈਕਸਿਨ ਕਰੋਨਾ ਟੀਕਾ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਅੱਜ ਆਪਣੀ ਵੈਕਸੀਨ ਦੇ ਬੂਸਟਰ ਡੋਜ਼ਾਂ ਆ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ ਭਾਰਤ ਬਾਇਓਟੈਕ ਵੱਲੋਂ ਇਸ ਦੀ ਸ਼ੁਰੂਆਤ ਦਿੱਲੀ ਦੇ ਏਮਜ਼ ਤੇ ਪਟਨਾ ਤੋਂ ਕੀਤੀ ਗਈ ਹੈ कोरोना टीके दी बूस्टर डोज ਪ੍ਰੀਖਣ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਦੂਜੀ ਡੋਜ਼ ਲੈਣ ਦੇ 6 ਮਹੀਨੇ ਬਾਅਦ ਦਿੱਤੀ ਜਾਵੇਗੀ ਪਿਛਲੇ ਮਹੀਨੇ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਨੇ ਭਾਰਤ ਬਾਇਓਟੈਕਨੋ ਕੋਵੈਕਸਿਨ ਦੀ ਤੀਜੀ ਬੂਸਟਰ ਡੋਜ਼ ਦੇ ਪ੍ਰੀਖਣ ਦੀ ਆਗਿਆ ਦਿੱਤੀ ਸੀ ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 222315 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਜੋ ਪਿਛਲੇ ਮਹੀਨੇ 16 April ਤੋਂ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ ਦਿਨ ਕਰੋਨਾ ਵਾਇਰਸ ਕਾਰਨ 4454 ਮਰੀਜ਼ਾਂ ਦੀ ਮੌਤ ਹੋਈ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਦੇਸ਼ ਵਿੱਚ ਕਰੋਨਾ ਤੋਂ ਮਰਨ ਵਾਲਿਆਂ ਦੀ ਕੁੱਲ ਸੰਖਿਆ 3,3720 ਤੱਕ ਪਹੁੰਚ ਗਈ ਹੈ ਕਰੋਨਾ ਤੋਂ ਮੌਤ ਦਾ ਰੇਸ ਸਮੇ 1.4% ਦੇ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 3,2544 ਕਰੋਨਾ ਮਰੀਜ਼ ਸਿਹਤਯਾਬ ਹੋਏ ਲਗਾਤਾਰ 11ਵੇਂ ਦਿਨ ਕਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਨਵੇਂ ਕਰੋਨਾ ਮਾਮਲਿਆਂ ਤੋਂ ਵੱਧ ਦਰਜ ਕੀਤੀ ਗਈ ਇਸ ਸਮੇਂ ਭਾਰਤ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਸੰਖਿਆ 27,20,716 ਹੈ ਜੋ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦਾ 10.17% ਬੰਦਾ ਹੈ। ਦੇਸ਼ ਵਿੱਚ ਹੁਣ ਤੱਕ 2.37 ਕਰੋੜ 28,011 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਨੇ ਜਿਸ ਨਾਲ ਠੀਕ ਹੋਣ ਦੀ ਦਰ 88.6% ਤੇ ਆ ਗਈ ਹੈ। ਭਾਰਤ ਵਿੱਚ ਕਰੋਨਾ ਤੋਂ ਬਚਾ ਲੈ ਟਿਕਾ ਕਰਨ ਮਹਿੰਮ ਚੱਲ ਰਹੀ ਹੈ ਬੀਤੇ ਦਿਨ 942722 ਟੀਕੇ ਲਗਾਏ ਗਏ ਹੁਣ ਤੱਕ ਦੇਸ਼ ਭਰ ਵਿੱਚ 19 ਕਰੋੜ 60 ਲੱਖ 51962 ਕਰੋਨਾ ਟੀਕੇ ਲਗਾਏ ਜਾ ਚੁੱਕੇ ਨੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨ ਯੋਜਨਾ ਦਾ ਲਾਭ ਲੋਕਾਂ ਨੂੰ ਕੋਵਿਡ 19 ਦੀ ਦੂਜੀ ਲਹਿਰ ਦੌਰਾਨ ਵੀ ਮਿਲ ਰਿਹਾ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਲੁਧਿਆਣਾ ਵਿੱਚ 16425 ਮੀਟ੍ਰਿਕ ਟਨ ਅਨਾਜ ਪੰਜਾਬ ਸਰਕਾਰ ਨੂੰ ਲੁਧਿਆਣਾ ਦੇ BPL ਤੇ ਹੋਰ ਗਰੀਬ ਪਰਿਵਾਰਾਂ ਨੂੰ ਮਈ ਤੇ ਜੂਨ ਮਹੀਨੇ ਲਈ ਮੁਹੱਈਆ ਕਰਵਾਇਆ ਗਿਆ ਹੈ। ਹਰ ਪਰਿਵਾਰ ਦੇ ਮੈਂਬਰ ਨੂੰ 5-5 ਕਿਲੋ ਕਣਕ ਵੰਡੀ ਜਾ ਰਹੀ ਹੈ। ਲੁਧਿਆਣਾ ਜ਼ਿਲ੍ਹੇ ਦੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ 10 ਡੀਪੋਆਂ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਧੀਨ ਭੇਜਿਆ ਗਿਆ ਅਨਾਜ ਜ਼ਿਲ੍ਹੇ ਭਰ ਦੇ 17 ਲੱਖ ਲਾਭਪਾਤਰੀਆਂ ਨੂੰ ਵੰਡਣ ਦਾ ਕੰਮ 31 ਮਈ ਤੱਕ ਮੁਕੰਮਲ ਕੀਤਾ ਜਾਵੇਗਾ। ਲੁਧਿਆਣਾ ਦੇ ਲਾਭਪਾਤਰੀਆਂ ਨੇ ਕੋਰੋਨਾ ਕਾਰਨ ਲਾਕਡਾਊਨ ਦੇ ਸਮੇਂ ਵਿੱਚ ਉਹਨਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਉਣ ਦੇ ਸਰਕਾਰ ਦੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਲਾ ਪਾਤਰੀ ਨਰੈਣ ਸ਼ਰਮਾ ਨੀਟੂ ਰਾਮ ਕਾਂਤੀ ਦੇਵੀ ਰਾਜੀਸ਼ ਕੁਮਾਰ ਤੇ ਗੌਰਵ ਕੁਮਾਰ ਨੇ ਕਿਹਾ ਕਿ ਕਰੋਨਾ ਕਾਰਨ ਗਰੀਬਾਂ ਨੂੰ ਬਹੁਤ ਮਾਰ ਚੱਲਣੀ ਪਈ ਪਰ ਸਰਕਾਰ ਨੇ ਇਸ ਔਖੀ ਕੜੀ ਉਹਨਾਂ ਦੀ ਬਾਹ ਫੜੀ ਤੇ ਉਹਨਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ। ਮੇਰਾ ਨਾਮ ਨਰੈਣ ਸ਼ਰਮਾ ਹੈਗਾ ਤੇ ਮੈਂ ਇੱਥੇ ਲੁਧਿਆਣੇ ਦਾ ਵਾਸੀ ਹਾਂ ਸਰਕਾਰ ਵੱਲੋਂ ਸਾਨੂੰ ਸੈਂਟਰਲ ਗਵਰਨਮੈਂਟ ਵੱਲੋਂ ਜਿਹੜੀ ਕਣਕ ਦੀ ਮਿਲਿਆ ਸੀ ਮੇਰੇ ਫੈਮਲੀ ਮੈਂ ਤੇ ਮੇਰੀ ਬੀਵੀ ਤੇ ਮੇਰੇ ਬੱਚਾ ਹੈ ਤੇ ਮੈਨੂੰ ਕਣਕ ਮਿਲ ਗਿਆ ਬਹੁਤ ਵਧੀਆ ਧੰਨਵਾਦ ਸਰਕਾਰ ਦਾ। ਮੇਰਾ ਨਾਮ ਨੀਟੂ ਰਾਮ ਹੈ। और सेंट्रल गवर्नमेंट ने मेरे को फ्री में कनक भेजी है और कोरोना के दौरान हमारी बहुत बहुत मदद की है बहुत, बहुत बहुत धन्यवाद मेरा नाम कांति देवी है हम लुधियाना कृष्णानगर के रहने वाले हैं और सेंट्रल गवर्नमेंट ने जो कनक भेजी थी वो हमें मिल गई है मैं सेंट्रल गवर्नमेंट का शुक्रिया अदा करना चाहती हूँ मेरा नाम राकेश कुमार है जी तो मेरे चार जी है जी तो मैं वार्ड नंबर छिहत्तर रहना जी ਜਿਹੜੇ ਇੰਡੀਆ ਗਵਰਨਮੈਂਟ ਨੇ ਸਾਨੂੰ ਜੋ ਸੁਗਵਾ ਦਿੱਤੀ ਹੈ ਉਸ ਵੱਲੋਂ ਅਸੀਂ ਬਹੁਤ ਖੁਸ਼ ਹਾਂ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਨਾਮ ਮੇਰਾ ਗੌਰਵ ਕੁਮਾਰ ਜੀ ਜਿਹੜੀ ਸਾਨੂੰ ਸੈਂਟਰ ਗਵਰਨਮੈਂਟ ਦੇ ਪ੍ਰਤੀ ਆ ਸਾਨੂੰ ਕਣਕ ਮਿਲੀ ਹੈ ਲੋਕਡਾਊਨ ਦੇ ਕਰਕੇ ਜਿਹੜੀ ਲੋਕਡਾਊਨ ਦੇ ਵਿੱਚ ਸਾਨੂੰ ਕਣਕ ਮਿਲੀ ਹੈ ਰੋਕਡਾਊਨ 'ਚ ਸਾਨੂੰ ਕਣਕ ਦੀ ਕੋਈ ਘਾਟ ਨਹੀਂ ਹੋਈ ਸਾਨੂੰ ਜਦੋਂ ਕਣਕ ਬਣਦੀ ਸਾਨੂੰ ਮਿਲਦੀ ਰਹੀ ਸਾਡਾ ਇਹਨਾਂ ਨੇ ਬਹੁਤ ਸਹਾਨ ਦਿੱਤਾ ਅਸੀਂ ਦੇਣ ਨਹੀਂ ਭੁੱਲ ਸਕਦੇ ਸਰਕਾਰ ਦਾ ਜੀ ਠੀਕ ਆ ਧੰਨਵਾਦ ਜੀ ਇਸ ਸਮੇਂ ਪੰਜਾਬ ਵਿੱਚ ਹਾੜੀ ਦੀ ਫਸਲ ਦੀ ਖਰੀਦ ਦਾ ਕੰਮ ਅੰਤਿਮ ਪੜਾਤੇ ਹੈ ਇਸ ਵਾਰ ਪਹਿਲੀ ਵਾਰ ਕਿਸਾਨਾਂ ਨੂੰ ਕਣਕ ਦੀ ਖਰੀਦ ਦੀ ਰਕਮ ਦੀ ਸਿੱਧੀ ਅਦਾਇਗੀ ਉਹਨਾਂ ਦੇ ਖਾਤਿਆਂ ਵਿੱਚ ਪ੍ਰਾਪਤ ਹੋਈ ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਮਾਨਸਾ ਜ਼ਿਲ੍ਹੇ ਦੇ ਪਿੰਡ ਫਰਮਾਹੀ ਦੇ ਕਿਸਾਨ ਪਰਮਜੀਤ ਸਿੰਘ ਤੇ ਮੱਟੀਪਿੰਡ ਦੇ ਕਿਸਾਨ ਪੋਲਾ ਸਿੰਘ ਨੇ ਆਪਣੇ ਖਾਤਿਆਂ ਵਿੱਚ ਅਦਾਇਗੀ ਦੀ ਰਕਮ ਆਉਣ ਤੇ ਖੁਸ਼ੀ ਜ਼ਾਹਰ ਕੀਤੀ ਤੇ ਸਰਕਾਰ ਦਾ ਧੰਨਵਾਦ ਕੀਤਾ ਬੜੇ ਇਤਾਨ ਪਰਮਜੀਤ ਸਿੰਘ ਫਰਮਾਹੀ ਬੜੇ ਧੰਨਵਾਦੀ ਆ ਸ੍ਰੀ ਨਰਿੰਦਰ ਮੋਦੀ ਜੀ ਦੇ ਜਿਨ੍ਹਾਂ ਨੇ ਬਹੁਤ ਹੀ ਸਲਾਘਾਯੋਗ ਕਦਮ ਕੀਤਾ ਹੈ ਇਹ ਖਾਤਿਆਂ ਦੇ ਵਿੱਚ ਸਿੱਧੀ ਫਾਸਲਾਂ ਦੀ ਜਿੰਸ ਦੀ ਪੇਮੈਂਟ ਕੀਤੀ ਹੈ ਨਾ ਸਿੰਘ ਮੈਂ ਤੁਹਾਨੂੰ ਬਲੌ ਕਰਦਾ ਜੀ ਔਰ ਜਿਹੜਾ ਸਿੱਧੀ ਰੇਗੀ ਮੋਦੀ ਸਾਹਿਬ ਨੇ ਸੰਯੁਕਤੀ ਹੈ ਕੱਲ੍ਹ ਤੋਂ ਹੀ ਔਰ ਹੋਰ ਵੀ ਮੇਰੇ ਤੇ ਪੈਸਿਆਂ ਦੀ ਮੈਂ ਮੋਦੀ ਸਰਕਾਰ ਦਾ ਧੰਨਵਾਦੀ ਆਗਾ ਇਸੇ ਦੌਰਾਨ ਮਾਨਸਾ ਜ਼ਿਲ੍ਹੇ ਦੀ ਫੂਡ ਕੰਟਰੋਲਰ ਮਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 6,40,000 ਮੀਟ्रिक टन ਕਣਕ ਦੀ ਖਰੀਦ ਦੀ 100% ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਪਾ ਦਿੱਤੀ ਗਈ। ਮਾਨਸਾ ਵਿੱਚ ਇੱਕ ਕੀਟਾਈ ਬਾਈ ਦੇ ਦੌਰਾਨ ਕਣਕ ਦੀ ਪਰਚੇਦ 3,64,316 ਮੀਟਨ ਦੇ ਕਰੀਬ ਹੋਈ ਹੈ। ਇਸ ਦੀ 100% ਅਦਾਇਗੀ ਹੈਗੀ ਹੈ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਪਹਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਖਦੇਵ ਸਿੰਘ ਸਿੱਧੂ ਨੇ ਕਿਹਾ ਹੈ ਕਿ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਦੇ ਟੀਚੇ ਦੀ ਪ੍ਰਾਪਤੀ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਡਾਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਸੂਬੇ ਦੇ ਕਿਸਾਨਾਂ ਲਈ 17000 ਮੀਟ੍ਰਿਕ ਟਨ ਟਾਂਚੇ ਦਾ ਬੀਜ 200 ਰੁਪਏ ਪ੍ਰਤੀ ਕਿਲੋ ਸਬਸਿਡੀ ਤੇ ਕਿਸਾਨਾਂ ਨੂੰ ਮੁਹੱਈਆ ਕੀਤਾ ਗਿਆ ਇਸੇ ਤਰ੍ਹਾਂ ਜ਼ਮੀਨਾਂ ਦੇ ਕਲਰ ਸੁਧਾਰਨ ਲਈ ਸੂਬੇ ਵਿੱਚ 15000 ਮੀਟ੍ਰਿਕ ਟਨ ਜਿਪਸਮ 50% ਸਬਸਿਡੀ ਤੇ ਉਪਲਬਧ ਕਰਵਾਇਆ ਜਾ ਰਿਹਾ ਹੈ ਡਾਕਟਰ ਸਿੱਧੂ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ ਦੀ ਵਰਚੁਅਲ ਮੀਟਿੰਗ ਦੌਰਾਨ ਕਿਹਾ ਕਿ ਖੇਤੀ ਖਰਚੇ ਘਟਾਉਣ ਤੇ ਧਰਤੀ ਹੇਠਲੇ ਪਾਣੀ ਦੀ ਬਚਤ ਲਈ ਸਮੁੱਚੇ ਜ਼ਿਲ੍ਹੇ ਵਿੱਚ ਚੋਨੇ ਦੀ ਸਿੱਧੀ ਬਿਜਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਖੇਤੀਬਾੜੀ ਵਿਭਾਗ ਵੱਲੋਂ ਇਸ ਤਕਨੀਕ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿਛਲੇ ਸਮੇਂ ਦੌਰਾਨ ਕੋਈ 1000 ਕੈਂਪ ਵੀ ਲਗਾਏ ਗਏ ਸਨ ਤੇ ਹੁਣ ਇਸ ਤਕਨੀਕ ਨਾਲ ਸੰਬੰਧਤ ਸਪੈਸ਼ਲ ਲਿਟਰੇਚਰ ਵੀ ਕਿਸਾਨਾਂ ਨੂੰ ਮੁਫਤ ਵੰਡਿਆ ਜਾ ਰਿਹਾ ਹੈ। ਖੇਤੀਬਾੜੀ ਡਾਇਰੈਕਟਰ ਨੇ ਕਿਹਾ ਕਿ ਚੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਵੱਲੋਂ 25 ਮਈ ਤੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਮੁਹੱਈਆ ਕਰਨ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਨੇ ਹੁਣ ਕਿਸਾਨ ਸਿਫਾਰਸ਼ਾਂ ਅਨੁਸਾਰ ਦੋਹਰੀ ਰੌਣੀ ਕਰਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੇ ਪਾਰੀਆਂ ਜ਼ਮੀਨਾਂ ਵਿੱਚ 1 ਜੂਨ ਤੋਂ ਕਰ ਸਕਦੇ ਨੇ ਜਦਕਿ ਪੰਜਾਬ ਸਬ ਸੋਇਲ ਵਾਟਰ ਪ੍ਰਿਜ਼ਰਵੇਸ਼ਨ ਐਕਟ 2009 ਅਨੁਸਾਰ ਝੋਨੇ ਦੀ ਪਨੀਰੀ ਰਾਹੀਂ ਲਵਾਈ 10 ਜੂਨ ਤੋਂ ਬਾਅਦ ਹੀ ਕੀਤੀ ਜਾਵੇਗੀ। ਐਰਾਵਤ ਡਿਵੀਜ਼ਨ ਨੇ ਪਟਿਆਲਾ, ਫਤਿਹਗੜ ਸਾਹਿਬ, ਸੰਗਰੂਰ, ਮਲੇਰਕੋਟਲਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਨਾਲ-ਨਾਲ ਹਰਿਆਣਾ ਦੇ ਅੰਬਾਲਾ ਤੇ ਯਮੁਨਾ ਨਗਰ ਜ਼ਿਲ੍ਹਿਆਂ ਦੇ ਸਾਬਕਾ ਸੈਨਿਕਾਂ ਲਈ 24 ਘੰਟੇ ਚੱਲਣ ਵਾਲੀ ਮਿਲਟਰੀ ਹੈਲਪਲਾਈਨ ਸਥਾਪਿਤ ਕੀਤੀ ਹੈ ਇਸ ਹੈਲਪਲਾਈਨ ਰਾਹੀਂ ਸਾਬਕਾ ਸੈਨਿਕ ਫੌਜ ਪਾਸੋਂ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਜਾਂ ਪ੍ਰਸ਼ਾਸਨਿਕ ਸਹਾਇਤਾ ਲੈ ਸਕਦੇ ਨੇ ਇਨ੍ਹਾਂ ਸੱਤ ਜ਼ਿਲ੍ਹਿਆਂ ਦੇ ਲੋੜਵੰਦ ਸਾਬਕਾ ਸੈਨਿਕ 73536 12255 ਤੇ ਕਾਲ ਕਰ ਸਕਦੇ ਨੇ ਇਸ ਨੰਬਰ ਤੇ ਹਰ ਤਰ੍ਹਾਂ ਦੀ ਜਾਣਕਾਰੀ ਸਵਾਲ ਜਾਂ ਮੁੱਦਿਆਂ ਦੇ ਹੱਲ ਸਮਾਬਧ ਢੰਗ ਨਾਲ ਦਿੱਤੇ ਜਾਣਗੇ ਹੈਲਪਲਾਈਨ ਦੇ ਆਪਰੇਟਰ ਮਿਲਟਰੀ ਹਸਪਤਾਲ ECHS ਪੋਲੀਕਲੀਨਿਕ ਪੈਨਲ ਵਾਲੇ ਹਸਪਤਾਲ ਐਮਬੂਲੈਂਸ ਸੇਵਾ ਪ੍ਰੋਵਾਈਡਰ ਵੈਟਰਨ ਸਹਾਇਤਾ ਕੇਂਦਰਾਂ ਸਟੇਸ਼ਨ ਹੈੱਡਕੁਆਟਰਾਂ ਸਟੇਸ਼ਨ ਯੂਆਰਸੀ ਤੇ ਸਟੇਸ਼ਨ ਸੰਸਾਵਾਂ ਨਾਲ ਜੁੜੇ ਰਹਿਣਗੇ ਹੈਲਪਲਾਈਨ ਆਪਰੇਟਰ ਜਾਂਤਾ ਲੋੜਿੰਦੀ ਜਾਣਕਾਰੀ ਖੋਦੀ ਦੇਣਗੇ ਜਾਂ ਹੈਲਪਲਾਈਨ ਤੇ ਫੋਨ ਕਰਨ ਵਾਲੇ ਲਾਪਤਰੀ ਨੂੰ ਮੈਡੀਕਲ ਅਫਸਰ ਪ੍ਰਸ਼ਾਸਨਿਕ ਅਧਿਕਾਰੀ ਜਾਂ ਸੰਬੰਧਤ ਦਫ਼ਤਰ ਵੱਲੋਂ ਫੋਨ ਕਰਵਾਇਆ ਜਾਵੇਗਾ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਡੀਡੀ ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਇਹ ਬੁਲੇਟਿਨ RNU ਜਲੰਧਰ ਦੇ Twitter handle ਤੇ Facebook page ਤੇ ਉਪਲਬਧ ਨੇ ਤੇ ਇਸ ਦਿਨ ਵਾਲੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ